आम जेडे बच्चे ने 20 साल का जेड़ा उदा फेस होता है 20 साल के बच्चे का ये फेस है जेड़ा ये नैचुरल होता है कुदरती होता है तुसी वेखो बच्चों के चमक होंदी है 20 साल तक एक ग्लो होता है चेहरे दे उत्ते एक नशा होता है एक बेफिक्री होती है 20 साल की उम्र तक 30 साल का साडा चेहरा कितां दा होवेगा ये साड़ी जिंदगी तय करती है असी किस पासे जा रहे हैं ठीक है ते 50 साल का साड़ा चेहरा जेड़ा ये असी आप तय करते हाँ भी किस तरह का होगा साढ़े किदां दे फैसले सी 30 साल च 40 च 50 च ओ चेहरा उस चेहरे का खेड़ा उस चेहरे की मस्ती उस चेहरे का नशा उस चेहरे का नूर उस चेहरे की चमक उदी फील ये असी डिसाइड करते हाँ जिस तरह के कारनामे जिस तरह का अंदर का टका जिस तरह का अंदर का खेड़ा उस तरह का चेहरे का यह डिसाइड असी करते किस तरह की जिंदगी जीवी है जा जी रहे तुसी वेखो करप्ट बंदे झूठे बंदे अख नाल अख नहीं मिलाउंदे किते ना किते जदों गलती कीती हुंदी है बंदा चेहरा लुकाउंदा है जिहड़े चेहरे पढ़न वाले ने जिहड़े बंदे दे इंप्रेशन जिहड़े हन ਉਹ ਵੀ ਪੜਨ ਜਾਣਦੇ ਐ ਉਹਦੀ ਅੱਖ ਹਲਾਣੀ ਸੱਜੇ ਵੇਖਣਾ ਖੱਬੇ ਵੇਖਣਾ ਅੱਖ ਘਮਾਉਂਦਾ ਕਿੱਦਾਂ ਐ ਐਕਸ਼ਨ ਕਿੱਦਾਂ ਦੇ ਕਰਦਾ ਐ ਉਹ ਪੜ ਲੈਂਦੇ ਨੇ ਪੜਨ ਵਾਲਿਆਂ ਨੇ ਪੜ ਲੈਣਾ ਤੇ ਜਿਸ ਤਰ੍ਹਾਂ ਦੀਆਂ ਕਰਤੂਤਾਂ ਦੇ ਅਸੀਂ ਮਾਲਕ ਹੁੰਨੇ ਆ ਜਿਸ ਤਰ੍ਹਾਂ ਦੇ ਸਾਡੇ ਕਰਮ ਹੁੰਦੇ ਨੇ ਉਦਾਂ ਦੀ ਚਿਹਰਿਆਂ ਦੇ ਉੱਤੇ ਰੌਣਕ ਹੁੰਦੀ ਹੈ ਉਸ ਤਰ੍ਹਾਂ ਦਾ ਬੜੇਪੇ ਦਾ ਖੇੜਾ ਹੁੰਦਾ ਹੈ ਉਸ ਤਰ੍ਹਾਂ ਦੀ ਫੀਲ ਹੁੰਦੀ ਹੈ ਜਿੰਨੀ ਕੁ ਅਕਲ ਦੇ ਮਾਲਕ ਸੀ ਜਿੰਨੇ ਕੁ ਕਰਮ ਚੰਗੇ ਸੀ ਜਾਂ ਮਾੜੇ ਸੀ ਹੁਣ ਇੱਥੇ ਕਰੀਮਾਂ ਦੀ ਗੱਲ ਨਹੀਂ ਹੈ ਤੁਸੀਂ ਫਿਰ ਇਹਨਾਂ ਲਵਲੀ ਲਾ ਲਓ ਤੁਸੀਂ ਕੀ ਆ ਹੁੰਦੀਆਂ ਕਿੰਨੀਆਂ ਹੁੰਦੀਆਂ ਮਸ਼ਹੂਰੀਆਂ ਐਡਾਂ ਕਿੰਨੀਆਂ ਹੁੰਦੀਆਂ ਆਹ ਲਾਓ ਜੀ ਆਹ ਲਾਓ ਜੀ ਆਹ ਲਾਓ ਜੀ ਅਸਲ ਚ ਬੰਦਾ ਖਿੜਿਆ ਹੋਇਆ ਹੋਵੇ ਉਹਦੇ ਅੰਦਰ ਸੱਚਾਈ ਹੋਵੇ ਉਹਦੀ ਜਿਹੜੀ ਰੌਣਕ ਹੈ ਉਹਦੇ ਚਿਹਰੇ ਦੀ ਉਹ ਵੱਖਰੀ ਰਹੇਗੀ ਰਹੇਗੀ ਹੀ ਰਹੇਗੀ ਗਲਤ ਕੰਮ ਕਰਕੇ ਤੁਸੀਂ ਅੱਖ ਚੱਕ ਨਹੀਂ ਪਾ ਸਕਦੇ ਤਾਂ ਕਰਕੇ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਦੀ ਲੰਘਣੀ ਹੈ ਆਬਾਦ ਜਾਂ ਬਰਬਾਦ ਇਹ ਸਾਡੇ ਆਪਣੇ ਹੱਥ ਹੈ ਇਹ ਸਾਡੇ ਆਪਣੇ ਡਿਸੀਜਨ ਹਨ ਬਲੇਮ ਗੇਮ ਖੇਡਣੀ ਬੰਦ ਕਰੀਏ ਤੇ ਆਪਾਂ ਬੜੀ ਵਾਰੀ ਵਿਸ਼ੇ ਤੇ ਗੱਲ ਕੀਤੀ ਹੈ ਵੀ ਬਲੇਮ ਗੇਮ ਜਿਹੜਾ ਬੰਦਾ ਖੇਡਦਾ ਉਹਦੀ ਕਦੇ ਤਰੱਕੀ ਨਹੀਂ ਹੋ ਸਕਦੀ ਜਿਹੜਾ ਬੰਦਾ ਬਲੇਮ ਗੇਮ ਖੇਡਦਾ ਫਲਾਣੇ ਕਰਕੇ ਮੈਂ ਅੱਗੇ ਨਹੀਂ ਜਾ ਸਕਿਆ ਫਲਾਣੇ ਕਰਕੇ ਮੇਰਾ ਇਦਾਂ ਹੋਇਆ ਉਹ ਬੰਦਾ ਖਿਹੜਾ ਛੁਡਾ ਦਿੰਦਾ ਹੈ ਉਹਦੇ ਤੇ ਸਿੱਟ ਕੇ ਆਪਣਾ ਤਰੱਕੀ ਦਾ ਰਾਹ ਰੋਕ ਲੈਂਦਾ ਜਿੱਦਣ ਇਹ ਕਵਾਂਗੇ ਕਿ ਮੇਰੇ ਕਰਕੇ ਮੈਂ ਇੱਥੇ ਆ ਅੱਜ ਜਿੱਥੇ ਮੈਂ ਹਾਂ ਮੈਂ ਆਪਣੇ ਕਰਕੇ ਆ ਇਹਦੀ ਜ਼ਿੰਮੇਵਾਰੀ ਲਓ ਇਹਦੀ ਜ਼ਿੰਮੇਵਾਰੀ ਲਓ ਵੀ ਮੈਂ ਜਿੱਥੇ ਹੈਗਾ ਅੱਜ ਮੈਂ ਆਪਣੇ ਕਰਕੇ ਇੱਥੇ ਜਿੱਥੇ ਵੀ ਕਿਤੇ ਹੈ ਬਸ ਜੇ ਅਸੀਂ ਪਿੱਛੇ ਹੋਏ ਤੇ ਅਸੀਂ ਵੇਖਣਾ ਵੀ ਮੇਰੀਆਂ ਗਲਤੀਆਂ ਕੀ ਸੀ ਜਿਹੜੀਆਂ ਮੈਂ ਠੀਕ ਕਰਾਂ ਜਦੋਂ ਬੰਦਾ ਬਲੇਮ ਗੇਮ ਖੇਡਦਾ ਫਿਰ ਕਿਸੇ ਤੇ ਸਿੱਟ ਕੇ
बच जाता। ददै दोष ना देऊं किसै, दोष कर्मा पणिया जो मैं किया सो मैं पाया, दोष ना दीजे अवर जना। ये नुकता इन्ना क कमाल दा है ना, लगी जाता भी तो नॉर्मल जी गल है, पर साडे च प्रॉब्लम है असी ब्लेम गेम खेलते सारी जिंदगी। फलाना इदा है, मैं इदा, हमेशा जिहड़ी जजमेंट है ना वह बड़ी भैड़ी है साडी। सानू यह समझ नहीं आती भी मैं एक मरूती गड्डी की औकात रखदा जां फोरचूनर की रखदा, साडी जजमेंट ही गलत होती है। जदों अपने बारे जजमेंट गलत है, दूसरे बारे ते जजमेंट गलत करांगे ही असीं। सुपने माड़े नहीं होंदे, पर सुपने औकात दे हिसाब नाल वेखणे पैंदे आ। पहला वेखणा पैंदा। मान लो अंग्रेज नूं आपां कहीए वी शब्द गा, ठीक है कि नहीं, उन्हें चक लेना, उहदा अपना एक स्टाइल है। पर मैनू ते वेखणा पैणा वी मेरियां सुरां किन्नियां क लगदियां। मैं बेसुरां ते नहीं हो जूं इत्थे, मैं पंगा लवां जां ना लवां। पर कई बंदे वेखे होर ही किसे पासे तुरे फिरनगे, पंगा लै लैणगे। उहनां नूं समझ नहीं हुंदी वी इह मेरी शब्द, इह शब्द, इह सुरां मेरी औकात तों बाहर हन, इह मेरे ਉਹ ਯਾਦ ਆ ਗਿਆ, ਵਸ ਦੀ ਗੱਲ ਨਹੀਂ ਹੈ ਕਿ ਨਹੀਂ। ਚਲੋ ਮਤਲਬ ਇਹ ਬੜਾ ਜ਼ਰੂਰੀ ਪੁਆਇੰਟ, ਜਿਹੜੀ ਜੱਜਮੈਂਟ ਹੈ ਨਾ, ਐਕਸੀਡੈਂਟ ਉਹ ਕਰਦੇ ਹੁੰਦੇ ਨੇ ਆਪਣੇ ਬੰਦੇ ਜਿਹੜੇ ਜੱਜਮੈਂਟ ਗਲਤ ਹੁੰਦੀ ਹੈ ਇਹਨਾਂ ਦੀ। ਉਹਨਾਂ ਨੂੰ ਲੱਗਦਾ ਵੀ ਗੱਡੀ ਬਚ ਜੂ, ਕੋਈ ਗੱਲ ਨਹੀਂ, ਗੱਡੀ ਤੇ ਸਲੋ ਹੈ, ਗੱਡੀ ਤੇਜ਼ ਹੁੰਦੀ ਹੈ, ਫਰਕ ਹੈ ਨਾ ਬੜਾ। ਹੁਣ ਸਪੀਡ ਵੀ ਵੇਖਣੀ ਪੈਂਦੀ ਹੈ, ਗੱਡੀ ਦਾ ਆਕਾਰ ਵੀ ਵੇਖਣਾ ਪੈਂਦਾ, ਤੇ ਦੂਰੀ ਕਿੰਨੀ ਹੈ, ਇਹ ਤਿੰਨ ਚੀਜ਼ਾਂ ਵੇਖਣੀਆਂ ਪੈਂਦੀਆਂ ਗੱਡੀ ਕੱਢਣੀ ਹੈ ਜੇ ਤੁਸੀਂ। ਹੁਣ ਕਈ ਵਾਰੀ ਗੱਡੀ ਹੋਵੇ ਸਪੀਡ ਵਿੱਚ, ਬਹੁਤ ਸਪੀਡ ਤੇ ਹੈ ਪਰ ਹੈ ਹੀ ਮੋਟਰਸਾਈਕਲ ਹੈ, ਫਿਰ ਕੋਈ ਗੱਲ ਨਹੀਂ, ਠੀਕ ਹੈ ਨਾ। ਦੂਰੀ ਕਿੰਨੀ ਹੈ, ਸਪੀਡ ਹੋਵੇ ਪਰ ਜੇ ਦੂਰ ਹੈ ਤਾਂ ਵੀ ਆਪਾਂ ਲੰਘ ਜਾਵਾਂਗੇ। ਗੱਡੀ ਦਾ ਆਕਾਰ ਕਿੱਡਾ ਵੱਡਾ, ਇਹ ਜੱਜਮੈਂਟ ਹੈ। ਜਿਹੜੇ ਬੰਦੇ ਨੂੰ ਜੱਜਮੈਂਟ ਹੈ ਉਹ ਅਸਲੀ ਡਰਾਈਵਰ ਹੈ, ਠੀਕ ਹੈ। ਜ਼ਿੰਦਗੀ ਦੇ ਵਿੱਚ ਵੀ ਜੱਜਮੈਂਟ ਬੜੀ ਜ਼ਰੂਰੀ ਹੁੰਦੀ ਹੈ। ਜੱਜਮੈਂਟ ਲੋਕਾਂ ਨੂੰ ਜੱਜ ਨਹੀਂ ਕਰੀਦਾ, ਆਪਣੇ ਆਪ ਨੂੰ ਵੀ ਕਰੀਦਾ ਵੀ ਮੈਂ ਕਿੱਦਾਂ ਦਾ, ਮੇਰੀ ਔਕਾਤ ਕੀ ਹੈ, ਮੈਂ ਕਿੱਥੇ ਖੜ ਸਕਦਾ, ਕੀ ਹੈ। ਪਰ ਪ੍ਰੋਬਲਮ ਬੜੀ ਵੱਡੀ ਹੈ, ਆਪਣੇ ਆਪ ਨੂੰ ਬੰਦਾ ਵਧਾ ਕੇ ਸੋਚਦਾ ਹੈ ਤੇ ਦੂਜਿਆਂ ਨੂੰ ਘਟਾ ਕੇ ਸੋਚਦਾ, ਇਹ ਪ੍ਰੋਬਲਮ ਹੈ। ਪਰ ਉਹਨਾਂ ਸਮਝਣਾ ਆਪਣੇ ਆਪ ਨੂੰ ਵੀ ਤੇ ਦੂਸਰੇ ਨੂੰ ਵੀ, ਫਿਰ ਜ਼ਿੰਦਗੀ ਚੱਲਦੀ ਹੈ, ਫਿਰ ਜ਼ਿੰਦਗੀ ਚੱਲਦੀ ਹੈ। ਤੇ ਜੇ ਅਸੀਂ ਇਹ ਸਾਰਾ ਸਮਝ ਜਾਈਏ ਫਿਰ ਅਸੀਂ ਇੱਛਾਵਾਂ ਪਾਲਣੀਆਂ ਮਾੜੀ ਗੱਲ ਨਹੀਂ ਹੁੰਦੀ। ਇੱਛਾ ਰੱਖਣੀ ਵੀ ਮੇਰੇ ਐਂ ਹੋਵੇ, ਮੇਰਾ ਆਹ ਹੋਵੇ, ਮੇਰਾ ਹੋਵੇ, ਇੱਛਾਵਾਂ ਪਾਲਣੀਆਂ ਮਾੜੀ ਗੱਲ ਨਹੀਂ ਹੁੰਦੀ। ਪਰ ਇੱਛਾਵਾਂ ਆਪਣੇ ਬੰਦਾ ਫਿਰ ਆਪਣੀ ਔਕਾਤ ਦੇ ਹਿਸਾਬ ਨਾਲ, ਔਕਾਤ ਸ਼ਬਦ ਨਾ ਵਰਤੀਏ ਜੇ ਹੋਰ ਵਰਤ ਲਈਏ ਸ਼ਬਦ, ਵੈਲਿਊ, ਆਪਣੀ ਵੈਲਿਊ ਦੇ ਹਿਸਾਬ ਨਾਲ, ਠੀਕ ਹੈ, ਆਪਣੀ ਕੀਮਤ, ਆਪਣੀਆਂ ਨਜ਼ਰਾਂ ਵਿੱਚ ਆਪਣੀ ਕੀਮਤ ਸਹੀ ਪਾਵੇ ਨਾ। ਹੁਣ ਆਪਾਂ ਹੱਸ ਪੈਂਦੇ ਹਾਂ ਵੀ ਅੱਛਾ ਯਾਰ, ਹੁਣ ਮੰਨ ਲਓ ਵੀ ਅਗਲਾ ਕੀਮਤ ਪਾਵੇ ਵੀ ਮੱਝ ਲੈਣੀ ਹੈ, ਮੇਰੀ ਮੱਝ 10 ਲੱਖ ਦੀ, ਅਗਲਾ ਕਹਿੰਦਾ ਦੁੱਧ ਕਿੰਨਾ ਦਿੰਦੀ ਹੈ, 10 ਲੀਟਰ, ਅਗਲਾ ਹੱਸੇਗਾ ਹੀ ਫਿਰ ਵੀ ਕੀਮਤ ਦੇ ਹਿਸਾਬ ਨਾਲ ਪਾ, ਹਿਸਾਬ ਨਾਲ ਤੇ ਗੱਲ ਕਰ। ਇਸ ਤਰ੍ਹਾਂ ਜਦੋਂ ਅਸੀਂ ਆਪਣੀ ਕੀਮਤ ਪਾਈਏ ਤੇ ਠੀਕ ਪਾਈਏ, ਅੱਛਾ ਜੇ ਕੀਮਤ ਘੱਟ ਹੈ ਤੇ ਕੀਮਤ ਵਧਾਈਏ। ਕਈ ਵਾਰੀ ਮੱਝ ਦੀ ਕੀਮਤ ਘੱਟ ਹੋਵੇ ਫਿਰ ਖਵਾ ਖਵਾ ਕੇ ਤਕੜੀ ਕਰਕੇ ਉਹਦੀ ਕੀਮਤ ਵਧਾਈ ਜਾਂਦੀ ਹੈ। ਇਸੇ ਤਰ੍ਹਾਂ ਕਈ ਵਾਰੀ ਆਪਣੀ ਵੈਲਿਊ, ਆਪਣੀ ਕੀਮਤ, ਆਪਣੀ ਔਕਾਤ ਵਧਾਈ ਜਾਂਦੀ ਹੈ, ਪਰ ਸਾਡੇ ਬੰਦੇ ਉਹਦੇ ਤੇ ਕੰਮ ਨਹੀਂ ਕਰਦੇ। ਸੁਭਾਅ ਇਦਾਂ ਹੁੰਦਾ ਹੈ, ਜੇ ਬੰਦਾ ਆਪਣੇ ਆਪ ਤੇ ਕੰਮ ਕਰੇ ਫਿਰ ਅਗਲਾ ਕਹਿੰਦਾ ਨਹੀਂ ਯਾਰ ਮੇਰੀ ਕੀਮਤ ਨਹੀਂ ਪੈਂਦੀ। ਨਹੀਂ, ਸੋਨਾ ਸੋਨਾ ਹੀ ਰਹਿੰਦਾ, ਸੋਨਾ ਪਟਿਆਲੇ ਵੀ ਸੋਨਾ ਹੀ ਹੈ, ਸੋਨਾ ਅਮਰੀਕਾ ਵੀ ਸੋਨਾ ਹੀ ਹੈ, ਸੋਨਾ ਬਿਹਾਰ 'ਚ ਵੀ ਸੋਨਾ ਹੀ ਹੈ, ਜਿਹੜੀ ਮਰਜ਼ੀ ਮੰਡੀ 'ਚ ਲੈ ਜਾਓ ਸੋਨਾ ਸੋਨਾ ਹੀ ਹੈ। ਜੇ ਤੂੰ ਸਹੀ ਹੈ ਨਾ, ਇੱਥੇ ਨਹੀਂ ਮੁੱਲ ਪਿਆ, ਦੂਜੇ ਥਾਂ 'ਤੇ ਮੁੱਲ ਪੈ ਜੂ, ਪਰ ਤੂੰ ਆਪਣੇ ਆਪ ਨੂੰ ਪੂਰਾ ਤਿਆਰ ਕਰਕੇ ਰੱਖ।
अपने आप को ठीक करके रख। ता करके बंदा ना अपने आप को घड़ेगा उदो जिदन ये मनेगा कि अज जो भी मेरे को है मैं डिजर्व ही ये करता हाँ। ब्लेम गेम खेडनी नहीं, जेड़ा बंदा ब्लेम गेम खेडता किसे करके मेरा आ होया उदे करके मैं अगे नहीं जा सकिया, उन्हें मैनू अगे नहीं लगन दिता, वह मैनू अगे नहीं जान दिता। इत्थे कम करन वाला ये बंदा बचना चाहता है सिट के किसी ना किसी ते अपनिया सारिया नलैकियां किसी ते सिट के भी एदे करके सिटता सारा कुछ होते थे अपनी जिम्मेवारी अपनी रिस्पोंसिबिलिटी तो भज रहा भी मेरे ते गल ना आवे मेरिया नलैकियां मेरा फेलियर किसी ते सिट के मैं निकल जा मैं बच जा। पर ये गल जिहड़ी है ये नुकता बहुत 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 सोचने वाला है ते जिन्ने क चलो आप ते घर दे बंदे बैठे हैं लाइव भी जिहड़े सुन वाले हैं जिन्ने जिंदगी दे विच कदे अपनी जिंदगी दे विच अपनी रिस्पोंसिबिलिटी लैनी सीख लैनी है जो मैं अज हाँ इहदा जिम्मेवार मैं किसे दे उत्ते नहीं कहना किसे दे ददै दोष न देऊं किसे दोष कर्मा अपनिया। यह नुकता जेड़ा है इनू चंगी तरह दबाग च बाड़न वाला है ता असी तरक्की दे राह ते तुर गए ता साडा कुछ बनना है नहीं ते किसे ना किसे ते सिट के इदे ही जिंदगी निकलती रहनी ते धारना दे आपां पढ़दे ही हुंदे आ इस विशे ते जैसा बीजेगा वड़ेगा मना मेरिया फल तेरे कर्मादा जैसा बीजेगा वड़ेगा मना मेरिया फल तेरे कर्मादा जैसा बीजे का वडे मना मेरा फल तेरे कर जैसा बीजे का वडे मना मेरा फल तेरे कर मेरे समझ नहीं आई ते गुरबाणी कहती है लोड़ा दाख बजूरिया किकर बीजे जाट हंडा उन कताए का पहंदा लोड़ा पट भी बीजेगा दाखा बीजेगा किकर ते दाखा नहीं लग सकदियां कि बीजन वालिया बीज जे बीजेगा किकरां दा सूला लगणगियां किसे नूं दोष ना दे अपने ते वेख अपने ते वर्क कर फिर साडे विच मंगणा कित्थों आया ये चीजा साडे च कित्थों आ गईआं जदों ये कॉन्सैप्ट ही नहीं बनता भी दाखा लग ही नहीं सकदियां किकर बीज के फिर बंदा फोकस जेड़ा है अपने कर्मां ते क्यों नहीं कर रहा उल्टा अरदासां ते भरोसा करदा अपने कर्म नूं ठीक करन ते फोकस क्यों नहीं रखता अरदास करनी है ते अपने आप ते अगे क्यों नहीं करता अपने आप नूं मनाउण ते जोर क्यों नहीं लाउंदा अपने आप नाल गल क्यों नहीं करता सैल्फ टॉक क्यों नहीं करता भी आ कम नहीं बनिया जिम्मेवारी मेरी है ते मैं अपने आप नूं हुण मनावां चाहे तरलियां नाल मनावां चाहे हुक्म करके मनावां अपने आप नूं मनाउण दी गल अरदास अपने आप को तैयार करने की कॉन्सेप्ट है अरदास भी मैं आ कार्य करन लगा सारा ब्रह्मांड मेरे नाल खड़ा है उदे नाल गल करना है वह मेरे नाल है वह मेरा ही हिस्सा है अपने आप को कह लै तां भी गल इक्को ही है भी मैं आ काम करन लगा ते करना है यह सारा कुछ जेड़ा आ मैं ਕਿੱਕਰਾਂ ਨੂੰ ਹੁਣ ਮੈਂ ਬਦਲਣ ਲੱਗਾ ਮੈਂ ਕਿੱਕਰਾਂ ਦੇ ਬੀਜ ਨਹੀਂ ਬੀਜਣੇ ਦਾਖਾਂ ਦੇ ਬੀਜਣੇ ਨੇ ਹੁਣ ਮੈਂ ਬੀਜ ਬਦਲਣ ਲੱਗਾ ਇੱਥੇ ਜੇ ਕਿਤੇ ਤਿਆਰੀ ਕਰ ਲੈਂਦਾ ਤੇ ਜ਼ਿੰਦਗੀ ਸੋਹਣੀ ਬਣ ਜਾਣੀ ਸੀ।